ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ। ਅੱਜ ਅਸੀਂ ਪਹੁੰਚੇ ਹਾਂ ਪਿੰਡ ਛਤਰਾਣਾ, ਜਿੱਥੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਅਖੰਡ ਪਾਠ ਕਰਵਾਏ ਗਏ, ਨਗਰ ਕੀਰਤਨ ਕਰਵਾਇਆ ਗਿਆ ਅਤੇ ਅੱਜ ਦੀਵਾਨ ਸਜਾਏ ਜਾ ਰਹੇ ਨੇ। ਰਾਗੀ ਢਾਡੀ ਦੇ ਕਥਾਵਾਚਕ ਪਹੁੰਚ ਕੇ ਇੱਥੇ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤੁਹਾਨੂੰ ਲੈ ਕੇ ਚੱਲਾਂਗੇ ਦਰਬਾਰ ਸਾਹਿਬ ਦੇ ਅੰਦਰ, ਜਿੱਥੇ ਦੀਵਾਨ ਹਾਲ ਦੇ ਵਿੱਚ ਜਿੱਥੇ ਢਾਡੀ ਦਰਬਾਰ ਕਥਾਵਾਚਕ ਪ੍ਰਚਾਰ ਕਰ ਰਹੇ ਨੇ। Thank you.
ਲੰਡਨ ਦੀ ਧਰਤੀ ਤੇ ਪੈਦਾ ਹੋਇਆ ਉਹਨੇ ਕਲ
ਲੰਡਨ ਦੀ ਧਰਤੀ ਤੇ ਬੈਠਾ ਮੈਂ ਤਾਂ ਰੁਕ ਲੱਗਦਾ ਕਹਿੰਦਾ ਜੇ ਕਿਤੇ ਗੁਰੂ ਗੋਬਿੰਦ ਸਿੰਘ ਪਟਨੇ ਸ਼ਹਿਰ ਦੀ ਜਗ੍ਹਾ ਸਾਡੇ ਲੰਡਨ ਦੀ ਧਰਤੀ ਤੇ ਪੈਦਾ ਹੋ ਜਾਂਦਾ ਤੇ ਅਸੀਂ ਲੰਡਨ ਦੇ ਪੱਤੇ ਪੱਤੇ ਤੋਂ ਬੱਚੇ ਬੱਚੇ ਤੋਂ ਇੱਟ ਇੱਟ ਤੋਂ ਢਹਾ ਦੇਣਾ ਸੀ। ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਉਸਤਤ, ਮਹਾਰਾਜ ਦਾ ਇਸ਼ਕ, ਮਹਾਰਾਜ ਦਾ ਜਨੂਨ, ਗੈਰਤ ਸਿਰ ਚੜ ਕੇ ਬੋਲਿਆ ਇਸਲਾਮ ਧਰਮ ਦਾ ਉਹ ਵਿਦਵਾਨ, ਉਹ ਸ਼ਾਇਰ ਜਿਹੜਾ 33 ਸਾਲ ਮਹਾਰਾਜ ਦਾ ਜੀਵਨ ਪੜਨ ਤੋਂ ਬਾਅਦ ਮਸੀਹ ਅੰਦਰ ਨਵਾਦ ਦਾ ਕਰਨਾ ਨਹੀਂ ਸੀ ਗਿਆ। ਜਦੋਂ ਮਾਤਾ ਸੁੰਦਰੀ ਜੀ ਪੁੱਛਦੇ ਨੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਨਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਆਹ ਵੇਖ ਅਜੀਬ